விலாயலி யரும் வேறு வேட்டு கைமுந்தாயும் பர்மா வலியுல் அமர்தா ரஹூர் பர்மா பே ரஹமத்து கரியா அர்ஹா மர்ராஹிமீன் அவல் வாஹிர் பாபா தேபுலன் சல்வார் مقدس پاکیزہ ماحول جو اپنے اپنے مرحومین نو یاد کرو ایک صلوات انہاں دے صلوات جنہاں دا پڑھن والا کوئی نہیں ایک صلوات انہاں دے صلوات بسم اللہ الرحمن الرحیم وما ارسلناک الا رحمۃ للعالمین حضور دی ذات صلوات جی قدر دی عزت حاضرین مجلس شیعہ سنی بھائی مہینہ ماہ ربیع الاول جس کا معنی بنتا ہے بہار اول بہار اول یعنی پہلی بہار اگر نام صرف ہوندا ربی تو پھر یہ مانا بڑھنا سی کہ بہار کیونکہ نال اول آ گیا تو جتھے گنتی شروع ہو جائے اتھے اول بھی ہوندا ہے دوم بھی ہوندا ہے سوم بھی ہوندا ہے کیونکہ اللہ پاک نے نو ربیع الاول کیا تو معنی یہ بنیا کہ بہاراں ہور بھی ہیں اے پہلی بہار ਇਹਦੇ 'ਚ ਅੱਜ ਦਾ ਦਿਨ ਆਲਮੇ ਇਸਲਾਮ ਨੇ ਚੁਣਿਆ ਔਰ ਇਸ ਦੇ ਯੌਮ ਮਨਾਇਆ ਯੌਮ ਦਾ ਨਾਮ ਰੱਖਿਆ ਈਦ ਮਿਲਾਦੁਲ ਨਬੀ ਹਾਂਜੀ ਜ਼ਰਾ ਤੁਸੀਂ ਬੋਲੋ ਕੀ ਬਣਿਆ عید میں نے خوشی میلاد میں نے ولادت نبی میں نے نبی 1400 سال تو شیعہ مسلک ایک گل کر رہا سی کہ حضور جدن کائنات نہ ہی بنی تو پھر بھی نبی ہے یعنی کہ اجے ویڑا بھی نہ ہی بنیا کیونکہ وقت بنیا ہے چند سورج دے بعد وقت دا تعلق ہے چند سورج نال تو چند بھی حضور دے صدقے بنیا تے سورج بھی حضور دے صدقے الحمدللہ اج عالم اسلام نے بڑا احسان کیتا انہاں ساڈا نظریہ قبول کر لیا کہ عید میلاد احمد نہیں
ਮਿਲਾਦੁਨ ਨਬੀ ਏ, ਯਾਨੀ ਕਿ ਤਸਲੀਮ ਹੋ ਗਿਆ ਜਦਣ ਹਜ਼ੂਰ ਆਏ ਨੇ, 40 ਸਾਲ ਬਾਅਦ ਨਹੀਂ ਬਣੇ, ਜਦਣ ਆਏ ਨੇ ਉਦਣ ਨਬੀ। गुजारिश है कि दूसरियां तो मेरे बारे च तां पुछो जे मैं आप ना होवां, जे मैं खुद मौजूद होवां तो फिर सज्जे खब्बे तो ना पुछो, मेरे तो पुछो ਕਿ ਮੈਨੂੰ ਜ਼ਾਕਰੀ ਕਰਦਿਆਂ ਕਿਤਨੇ ਸਾਲ ਹੋ ਗਏ, ਮੈਨੂੰ ਪੜ੍ਹਦਿਆਂ ਕਿਤਨੇ ਸਾਲ ਹੋ, ਮੈਂ ਦਰਸ 'ਚੋਂ ਕਿਤਨਾ ਅਰਸਾ ਰਿਹਾ, ਮੈਂ ਉਸਤਾਦ ਨਾਲ ਕਿਤਨਾ ਅਰਸਾ ਰਿਹਾ, ਤੋ ਬਿਹਤਰ ਮੈਂ ਜਾਣਨਾ, ਮੇਰੇ ਤੋਂ ਬਿਹਤਰ ਦੂਸਰਾ ਫਰਦ ਹੈ। ਅਸੀਂ ਨਾ ਸ਼ੀਆ ਉਲਮਾ ਇਕਰਾਮ ਨੂੰ ਪੁੱਛਦੇ ਹਾਂ, ਨਾ ਸੁੰਨੀ ਉਲਮਾ ਇਕਰਾਮ ਨੂੰ ਪੁੱਛਦੇ ਹਾਂ, ਨਾ ਦਿਓਬੰਦੀ ਉਲਮਾ ਇਕਰਾਮ ਨੂੰ ਪੁੱਛਦੇ ਹਾਂ, ਨਾ ਇਹਦੇ ਹਦੀਸ ਉਲਮਾ ਇਕਰਾਮ ਨੂੰ ਪੁੱਛਦੇ ਹਾਂ, ਅਸੀਂ ਖੁਦ ਹਜ਼ੂਰ ਨੂੰ ਹੀ ਪੁੱਛ ਲੈਂਦੇ ਹਾਂ ਕਿ ਯਾ ਰਸੂਲ ਅੱਲਾ, ਕੋਈ ਆਉਂਦਾ ਹੈ ਤੁਸੀਂ ਨਬੀ ਇਤਨਿਆਂ ਸਾਲਾਂ ਬਾਅਦ ਬਣੇ ਹੋ, ਕੋਈ ਆਉਂਦਾ ਇਤਨਿਆਂ ਸਾਲਾਂ ਬਾਅਦ ਬਣੇ ਹੋ, ਕੋਈ ਆਉਂਦਾ ਇਤਨਿਆਂ ਸਾਲਾਂ ਬਾਅਦ, ਅਤੇ ਤੁਸੀਂ ਆਪ ਹੀ ਫਰਮਾ ਦਿਓ ਕਿ ਤੁਸੀਂ ਨਬੀ ਕਦੋਂ ਬਣੇ ਹੋ। ਤੋ ਹਜ਼ੂਰ ਨੇ ਫਰਮਾਇਆ, ਕੁਨ ਤੋ ਨਬੀ ਹਨ ਆਦਮ ਮੋਬਾਇਲ ਆਲਮਾਏ, ਤੂੰ ਲੋਕਾਂ ਤੋਂ ਕਿਉਂ ਪੁੱਛਣਾ ਹੈ, ਤੂੰ ਮੇਰੇ ਤੋਂ ਪੁੱਛ, ਮੈਂ ਉਸ ਵਕਤ ਨਬੀ ਆ ਜਦਣ ਤੇਰਾ ਅੱਬਾ ਵੀ ਨਾਈ ਬਣਿਆ। ਮੁਦਮਾਨਾ ਗੁਜ਼ਾਰਿਸ਼ ਹੈ, ਇਹ ਬਹਿਸਾਂ ਖਤਮ ਕਰ ਦੇਈਏ, ਹੁਣ ਪੜ੍ਹਿਆ ਲਿਖਿਆ ਦੌਰ ਹੈ, ਹੁਣ ਇਸ ਚੱਕਰ 'ਚੋਂ ਨਿਕਲੀਏ ਕਿ ਕਿਤਾਬ ਨੇ ਕੀ ਲਿਖਿਆ। ਕਿਤਾਬ ਨੇ ਸਭ ਕੁਛ ਲਿਖਿਆ, ਕਿਤਾਬ ਨੇ 9 ਰਬੀਉਲ ਅੱਵਲ ਵੀ ਹਜ਼ੂਰ ਦੀ ਆਮਦ ਲਿਖੀ, 11 ਰਬੀਉਲ ਅੱਵਲ ਲਿਖੀ, 12 ਵੀ ਲਿਖੀ, 17 ਵੀ ਲਿਖੀ, 6 ਵੀ ਲਿਖਿਆ। ਉਹ ਤਾਂ ਰਾਵੀ ਸਨ, ਜਿਵੇਂ ਜਿਵੇਂ ਕਿਸੇ ਗੱਲ ਸੁਣੀ ਉਹਨੇ ਲਿਖ ਦਿੱਤੀ। ਜੀਓ ਦੀ ਆਪਣੀ ਖਬਰ, ARY ਦੀ ਆਪਣੀ ਖਬਰ, ਐਕਸਪ੍ਰੈਸ ਦੀ ਆਪਣੀ ਖਬਰ, ਉਹ ਤਾਂ ਇਸ ਦੌਰ 'ਚੋਂ ਵੀ ਹੈ, ਇਖਤਲਾਫੇ ਰਾਏ ਹੁੰਦਾ, ਇਹ ਝਗੜੇ ਵਾਲੀ ਗੱਲ ਹੈ, ਕੋਈ ਇਤਫਾਕ ਹੈ ਸਭ ਦਾ ਕਿ ਹਜ਼ੂਰ ਆਏ। ਜੀ ਜੀ ਰਬੀਉਲ ਅੱਵਲ ਕੋ ਅੱਜ ਮੇਰੀ ਸ਼ੇਅਰ ਸੁਣੀ ਬਾਈ, ਖੁਦਾ ਤੁਹਾਨੂੰ ਖੁਸ਼ ਰੱਖੇ। ਜਦ ਤੱਕ ਤੁਸੀਂ ਆਪੇ 'ਚੋਂ ਨਫ਼ਰਤ ਖਤਮ ਨਹੀਂ ਨਾ ਕਰੋਗੇ, ਔਰ ਮਿਲ ਕੇ ਨਹੀਂ ਬਵੋਗੇ, ਇਫਾਮੋ ਤਫਹੀਮ ਨਹੀਂ ਕਰੋਗੇ, ਮਸਾਇਲ ਖਤਮ, ਤੁਹਾਡੀ ਦੂਰੀ ਜਿਹੜੀ ਹੈ ਉਹ ਮਸਾਇਲ ਨੂੰ ਜਨਮ ਦੇ ਰਹੀ। ਕਰੀਬ ਹੋਵੋਗੇ, ਸੁਣਾਓਗੇ, ਸੁਣੋਗੇ, ਵਿੱਚੋਂ ਹੱਲ ਨਿਕਲ ਆ। ਇਹ ਦੁੱਧ ਦੀ ਚਾਟੀ ਹੈ, ਖੀਰ ਦੀ ਚਾਟੀ, ਇਹ ਮਦਾਣੀ ਇੱਥੇ, ਖੀਰ ਇੱਥੇ, ਇਹ ਮਦਾਣੀ ਚੜ੍ਹ ਰਹੀ ਹੈ, ਮੱਖਣ ਨਿਕਲੇ, ਅੱਲਾ ਦੇ ਬੰਦੇ ਵਿੱਚ ਮਦਾਣੀ ਤੇ ਪਾ, ਔਰ ਫਿਰ ਮਦਾਣੀ ਵੀ ਉਸ ਖੀਰ 'ਚ ਪਾਈ ਦੀ ਏ ਜਿਹਦੇ 'ਚ ਮੱਖਣ ਹੋਵੇ। ਡਾਚੀ ਦੇ ਦੁੱਧ 'ਚੋਂ ਮੱਖਣ ਹੀ ਕੋਈ ਨਹੀਂ, ਮਦਾਣੀ ਪਾ ਵੀ ਲਈਏ ਤੇ ਨਿਕਲ। ਵਾਜਬ ਇਤਰਾਮ ਹਾਜ਼ਰੀਨ ਸਾਮੀਨ, ਸਿਆਸਤਨੀ ਭਾਈ, ਗੁਜ਼ਾਰਿਸ਼ ਇਹ ਹੈ
ਕਿ 12-17 ਦੇ ਚੱਕਰ ਕਿਉਂ ਨਾ ਹੋਵੇ। ਰਵਾਇਤ ਏ, ਆਇਤ ਨਹੀਂ। ਰਵਾਇਤ 'ਤੇ ਬਹਿਸ ਹੋ ਸਕਦੀ ਹੈ, ਆਇਤ 'ਤੇ ਬਹਿਸ। ਮੈਂ ਛੋਟੀ ਜਿਹੀ ਗੁਜ਼ਾਰਿਸ਼ ਕਰਾਂ, ਇਨਸਾਨ ਦੇ ਦੋ ਸਿਲਸਿਲੇ ਨੇ, ਕਿਤਨੇ ਜੀ? ਰੋਚਾ ਬੋਲ ਦਿਓ ਸਰ। ਦੋ, ਇੱਕ ਹੈ ਉਸਦਾ ਆਉਣਾ, ਇੱਕ ਹੈ ਉਸਦਾ ਜਾਣਾ। ਆਉਣਾ ਜ਼ਿੰਦਗੀ ਅਤੇ ਜਾਣਾ ਮੌਤ। ਇਹਨਾਂ ਦੋਵਾਂ ਵਿੱਚੋਂ ਮੌਤ ਮਸ਼ਹੂਰ ਹੈ। ਮੌਤ ਦਾ ਵਾਕਿਆ ਮਸ਼ਹੂਰ ਹੁੰਦਾ ਹੈ। ਮੈਂ ਇੱਕ ਦਲੀਲ ਦੇ ਦਿਆਂਗਾ, ਉਹ ਵੀ ਕਾਫੀ ਹੋ ਜਾਏਗੀ, ਕਿ ਮੌਤ ਦਾ ਬਾਰ ਬਾਰ ਐਲਾਨ ਹੁੰਦਾ ਹੈ। ਪਹਿਲੋਂ ਮੌਤ ਦਾ ਹੋਇਆ, ਫਿਰ ਜਨਾਜ਼ੇ ਦਾ ਹੋਇਆ, ਫਿਰ ਕੁਲਖਾਨੀ ਦਾ ਹੋਇਆ, ਫਿਰ ਚੇਲਮ ਦਾ ਹੋਇਆ। ਪੈਦਾਇਸ਼ ਦਾ ਕਦੀ ਐਲਾਨ ਨਹੀਂ। ਸਮਝਾਈ ਗਿਆ? ਨਹੀਂ, ਪੈਦਾਇਸ਼ ਦਾ ਐਲਾਨ ਹੁੰਦਾ ਤੁਹਾਡੇ, ਅਤੇ ਮੈਂ ਵੀ ਇਹੀ ਆਖਿਆ, ਮੈਂ ਹੋਰ ਕੀ ਆਖਿਆ। ਅਤੇ ਮੌਤ ਦਾ, ਮੌਤ ਮਸ਼ਹੂਰ। ਹਾਂਜੀ ਸਾਹਿਬ, ਦਾਤ ਤਾਂ ਦੇ ਯਾਰ, ਤੂੰ ਮੇਰਾ ਸ਼ਰੀਕ ਹੈ ਕਿ ਮੇਰੇ ਤੋਂ ਨਿੱਘਾ ਹੈ ਢੇਰ ਸਾਰਾ। ਅੱਛਾ, ਮੌਤ ਜਿਹੜੀ ਹੈ ਨਾ, ਮੌਤ, ਮੌਤ ਮਸ਼ਹੂਰ ਹੁੰਦੀ ਹੈ। ਮੈਂ ਅਗਲੇ ਦਿਨ ਕੋਲਸਾਨੀ ਪੜ੍ਹੀ ਹੈ, ਕੰਧੇ ਦੀ ਬਸਤੀ, ਤਾਂ ਉੱਥੇ ਬੈਠੇ ਹਾਂ ਗੜ ਮਹਾਰਾਜੇ, ਅਤੇ ਉੱਥੇ ਫੋਨ ਆ ਗਿਆ ਵੀ ਤਖੀ ਸ਼ਾਵਰੀ ਫੌਤ ਹੋ ਗਏ ਮੁੰਡੇ ਅੜ, ਯਾਨੀ ਕਿ ਮੌਤ ਦਾ ਤਾਂ ਪਤਾ ਲੱਗ ਗਿਆ। ਪੈਦਾਇਸ਼ ਮਖਵੀ ਹੁੰਦੀ, ਕੁਛ ਵੀ ਹੁੰਦੀ। ਉਹ ਜਿਸ ਵਕਤ ਚਾਚਾ ਲੱਡੂ ਵੰਡਦਾ, ਲੱਡੂ, ਲੱਡੂ ਜਾਂਦੇ ਹੋ ਕੀ ਜਾਂਦੇ ਹੋ ਜੀ? ਦੱਸਿਆ ਕਰ ਯਾਰ, ਹਾਂ, ਉਹ ਜਿਹੜਾ ਕੋਈ ਮਿਠਿਆਈ ਮਠਿਊਈ ਆਖਦਾ ਖੁਸ਼ੀ 'ਚ, ਤੂੰ ਫਿਰ ਪੁੱਛੀਦਾ ਵੀ ਕਿਸ ਗੱਲ ਦੀ? ਤੂੰ ਆਉਂਦਾ ਹੈ ਅੱਲਾ ਨੇ ਪੁੱਤਰ ਦਿੱਤਾ ਹੈ, ਬਈ ਵਾਰਸ ਦਿੱਤਾ ਹੈ। ਇਹ ਦਲੀਲ ਮੈਂ ਕਿਉਂ ਦਿੱਤੀ ਹੈ? ਕਿਉਂ ਇਹਦਾ ਤਲਕ ਜ਼ਿਹਨ ਨਾਲ, ਅਕਲ ਨਾਲ, ਕਿ ਵਫਾਤ ਮਸ਼ਹੂਰ ਹੈ, ਪੈਦਾਇਸ਼ ਮਖਫੀ। ਤੁਹਾਨੂੰ ਕਸਮ ਹੈ ਆਪਣੀ ਮਾਂ ਦੀ ਪਾਕ ਥਾਈ ਦੀ, ਜਿਹੜੀ ਤੁਹਾਡੀ ਪਹਿਲੀ ਗਜ਼ਾ ਬਣੀ ਹੈ, ਬੋਲੇ ਪੂਰੇ ਮਜਮੇ 'ਚ ਉਹ ਬੰਦਾ ਜਿਹਨੇ ਸਮਝ ਆਵੇ, ਜਿਹਨ ਸਮਝ ਨਾ ਆਵੇ ਉਹਨੂੰ ਕਸਮ ਹੈ ਆਪਣੀ ਮਾਂ ਦੀ ਉਹ ਨਾ ਬੋਲੇ, ਤਾਂ ਕਿ ਐਵਰੇਜ ਨਿਕਲੇ ਵੀ ਕਿਤਨਿਆਂ ਬੰਦਿਆਂ ਨੂੰ ਸਮਝ ਆਈ ਹੈ, ਕਿਤਨਿਆਂ ਨਹੀਂ ਆਈ। ਜਿਹਨਾਂ ਬੰਦਿਆਂ ਨਾ ਹਜ਼ੂਰ ਦੀ ਮਦੀਨੇ ਰਹਿ ਕੇ ਵਫਾਤ ਦਾ ਪਤਾ ਨਹੀਂ ਲੱਗਾ, ਉਹਨਾਂ ਤੋਂ ਵਿਲਾਦਤ ਪੁੱਛਦੇ ਪਿਆ। ਵਫਾਤ ਮਸ਼ਹੂਰ ਹੁੰਦੀ ਹੈ ਅਤੇ ਵਿਲਾਦਤ, ਹਾਂਜੀ ਨਾਸਰ ਅਬਾਸ ਸਾਹਿਬ, ਮੁਰਦੇਬਾਨਾ ਗੁਜ਼ਾਰਿਸ਼ ਹੈ ਕਿ ਵਿਲਾਦਤ ਦਾ ਸ਼ੋਭਾ ਜਿਹੜਾ ਹੈ ਨਾ, ਵਿਲਾਦਤ ਦਾ ਸ਼ੋਭਾ, ਇਹ ਦੋਸਤਾਂ ਤੋਂ ਵੀ ਪੁੱਛਣ ਵਾਲਾ, ਯਾਨੀ ਕਿ ਯਾਰ ਤੋਂ ਵੀ ਪੁੱਛਣ ਵਾਲਾ ਨਹੀਂ। ਅਗਰ ਸ਼ੱਕ ਹੈ ਤਾਂ ਆਪਣਾ ਫੋਨ ਕੱਢੋ, ਮੋਬਾਈਲ ਕੱਢੋ ਆਪਣਾ, ਜਿਹੜਾ ਤੁਹਾਡਾ ਜਿਗਰੀ ਯਾਰ ਹੈ, ਜਿਗਰੀ ਯਾਰ,
ਜਿਹੜਾ ਸਭ ਤੋਂ ਤੁਹਾਡੇ ਕਰੀਬੀ, ਉਹਨੂੰ ਫੋਨ ਕਰਕੇ ਪੁੱਛੋ ਵੀ ਮੇਰਾ ਯੌਮੇ ਪੈਦਾਇਸ਼ ਕੀ ਹੈ। ਉਹ ਕਹੇਗਾ ਮੇਰੇ ਤੇਰੀ ਦੋਸਤੀ ਬਣੀ ਹੈ ਯੂਨੀਵਰਸਿਟੀ 'ਚ, ਮੈਨੂੰ ਕੀ ਪਤਾ ਤੂੰ ਕਿਹਨੂੰ। ਦੂਸਰੀ ਗੁਜ਼ਾਰਿਸ਼ ਇਹ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ, ਜਦੋਂ ਬੱਚਾ ਪੈਦਾ ਹੁੰਦਾ ਹੈ ਜਦੋਂ ਬੱਚਾ ਪੈਦਾ ਹੁੰਦਾ ਹੈ ਤਵੱਜੋ ਜ਼ਿਆਦਾ ਕਰਿਆ ਜੇ ਜ਼ਾਇਆ ਨਾ ਹੋ। ਆਪਣੀ ਸੁਣਨ ਵਾਲੀ ਮੇਰੀ ਗੱਲ ਨਹੀਂ ਹੁੰਦੀ, ਸਮਝਣ ਵਾਲੀ ਸਮਝ ਲਿਆ ਜੇ ਸਫ਼ਰ ਬੜਾ ਕੀਤਾ। ਇੱਕ ਮਰੀਜ਼ ਵਾਸਤੇ ਬੁੱਢੀਆਂ ਹੱਡੀਆਂ, ਹੈਪਾਟਾਈਟਿਸ ਦਾ ਮਰੀਜ਼, ਅਤੇ ਇਤਨਾ ਸਫ਼ਰ ਹੁਣ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ। ਜਾ ਅੱਛਾ, ਮੈਂ ਕੱਲ੍ਹ ਦਾ ਚੱਲੇ ਹਾਂ ਇਸ ਮਰੀਜ਼ ਵਾਸਤੇ, ਰਾਤ ਮੈਂ ਖਾਨੇ ਮਾਰ ਰਿਹਾ, ਯਾਨੀ ਕਿ ਇੱਕ ਦਿਨ 'ਚ ਇਤਨਾ ਸਫ਼ਰ ਹੁਣ ਮੇਰੇ ਕੋਲੋਂ ਹੁੰਦਾ ਹੀ ਨਹੀਂ। ਸਿਹਤ ਜ਼ਾਇਆ ਨਾ ਕਰਿਆ ਜੇ, ਐਂ ਵੀ ਤੇਰੀ ਬੱਤੀ ਮੇਰੀਆਂ ਅੱਖਾਂ 'ਚ ਪੈਂਦੀ, ਤੇਰੇ ਮੋਬਾਈਲ 'ਚ ਐਂ ਤੇਰੇ ਮੋਬਾਈਲ ਦੀ ਬੱਤੀ ਮੇਰੀਆਂ ਅੱਖਾਂ 'ਚ ਪੈਂਦੀ, ਬੱਤੀ ਬੰਦ ਕਰ ਦੇ, ਉਂਝ ਕਰਦਾ ਰਹੋ, ਟੇਪ ਕਰ ਲੈ, ਬੱਤੀ ਬੰਦ ਕਰ ਦੇ। ਅੱਛਾ, ਚਿਰਾਗਾ ਮਕਾਨ ਦੇ ਬਾਹਰ ਕਰੀਦਾ, ਤੂੰ ਅੰਦਰ ਸ਼ੁਰੂ ਕਰ ਦੇ। ਗੁਜ਼ਾਰਿਸ਼ ਇਹ ਹੈ ਬਹੁਤ ਤਵੱਜੋ ਕਰ, ਬਿਲਕੁਲ ਤਵੱਜੋ ਹੋਏਗੀ ਸਮਝ ਆਏਗੀ, ਵਰਨਾ ਜ਼ਾਇਆ ਹੋ ਜਾਏਗਾ। ਜਦੋਂ ਬੱਚਾ ਪੈਦਾ ਹੁੰਦਾ ਹੈ ਉਹਦਾ ਯਾਰ ਹੀ ਕੋਈ ਨਹੀਂ ਹੁੰਦਾ, ਉਹਦਾ ਅਜੇ ਨਾਂ ਹੀ ਕੋਈ ਨਹੀਂ ਹੁੰਦਾ। ਉਸ ਬੱਚੇ ਨੂੰ ਤਾਂ ਵੀ ਨਹੀਂ ਪਤਾ ਮੈਂ ਕਿਹੜੇ ਖਾਨਦਾਨ 'ਚੋਂ ਆਇਆ, ਉਸ ਬੱਚੇ ਨੂੰ ਤਾਂ ਵੀ ਨਹੀਂ ਪਤਾ ਇਹਨਾਂ ਦੋ ਔਰਤਾਂ 'ਚੋਂ ਮੇਰੀ ਮਾਈ ਕੌਣ ਹੈ, ਮੇਰੀ ਦਾਈ ਕੌਣ ਹੈ। ਭਾਈ ਬਣ ਕੇ ਰਲੋ ਤੁਸੀਂ, ਇਹ ਨਫ਼ਰਤ ਖਤਮ ਕਰੋ, ਮੈਂ ਸ਼ੀਆਂ ਅਤੇ ਮੈਂ ਸੁਣੀ ਹਾਂ, ਤੁਸੀਂ ਉਮਤ ਬਣ ਕੇ ਇਕੱਠੇ ਹੋ ਗਏ, ਹਜ਼ੂਰ ਦੀ ਉਮਤ ਬਣ ਕੇ ਇਕੱਠੇ ਹੋ ਜਾਓ। ਗੱਲ ਤਾਂ ਹਜ਼ੂਰ ਦੀ ਹੈ ਨਾ, ਸ਼ੀਆਂ ਦੀ ਹੈ ਨਾ ਸੁਣੀਆਂ ਦੀ। ਇਹ ਵਿਲਾਦਤ ਵਾਲਾ ਮਸਲਾ ਸਹੁਰੇ ਦਾ ਵੀ ਨਹੀਂ ਕਿ ਸਹੁਰੇ ਤੋਂ ਪੁੱਛ ਲਈਏ, ਕਿਉਂ ਬੇਟੀ ਦੇਣ ਲੱਗਿਆਂ ਅਗਲਾ ਸਿਰਫ ਇਹ ਪੁੱਛਦਾ ਹੈ ਕਿ ਬੱਚਾ ਕਰਦਾ ਕੀ ਹੈ। ਅੱਜ ਤਾਈਂ ਕਿਸੇ ਨੇ ਪੁੱਛਿਆ ਬੱਚਾ ਜੰਮਿਆ ਕਿਹੜੇ ਦਿਨ, ਯਾਨੀ ਕਿ ਸਸੁਰਾਲ ਦਾ ਵੀ ਮਸਲਾ ਥੋੜ੍ਹੀ ਹੋਰ ਤਵੱਜੋ ਕਰ। ਇਹ ਜ਼ਾਲ ਦਾ ਵੀ ਮਸਲਾ ਨਹੀਂ ਬਈ ਸ਼ਰੀਕੇ ਹਯਾਤ ਤੋਂ ਪੁੱਛ ਲਵੀਏ, ਨਹੀਂ ਉਹ ਕਹਿ ਵੀ ਮੇਰਾ ਤਾਂ ਤੇਰੇ ਨਾਲ ਨਿਕਾਹ ਹੋਇਆ ਹੈ, ਆਲਮੇ ਸ਼ਬਾਬ ਹੈ, ਮੈਨੂੰ ਕੀ ਪਤਾ। ਬਿਜਲੀ ਖਰਾਬ ਹੋ ਗਈ ਹੈ ਅਤੇ ਮਹਿਕਮਾ ਨਹਿਰ ਨੂੰ ਫੋਨ ਕਰੋਗੇ, ਅੱਛਾ ਨਹਿਰ ਖਰਾਬ ਹੋ ਗਈ ਹੈ ਟੁੱਟ ਗਈ ਹੈ ਅਤੇ ਬਿਜਲੀ ਵਾਲਿਆਂ ਨੂੰ ਫੋਨ ਕਰੋ। ਉਹ ਖੁਦਾ ਦੇ ਬੰਦੇ ਉਹ ਛੋੜੋ ਸੁਣੀ ਸ਼ੀਆਂ ਦੀਆਂ ਬਹਿਸਾਂ, 1400 ਸਾਲ ਹੋ ਗਏ ਨੇ, ਭਰਾ ਬਣ ਕੇ ਗੱਲਾਂ ਕਰੀਏ, ਜਿਸ ਦਾ ਸ਼ੁਭ ਹੈ ਉਹਨੂੰ ਪੁੱਛਣਾ। ਵਿਲਾਦਤ ਦੀ ਤਾਰੀਖ ਨਾ ਦੋਸਤਾਂ ਦਾ ਮਸਲਾ ਹੈ, ਨਾ ਯਾਰਾਂ ਦਾ ਮਸਲਾ ਹੈ, ਨਾ ਬੀਵੀ ਦਾ ਮਸਲਾ ਹੈ, ਨਾ ਸਾਲਿਆਂ ਦਾ ਮਸਲਾ ਹੈ, ਨਾ ਸਹੁਰੇ ਦਾ ਮਸਲਾ ਹੈ, ਇਹ ਪਿਓਰ ਘਰ ਵਾਲਿਆਂ ਦਾ ਮਸਲਾ ਹੈ। ਆਖਾਂ ਅਬੂ ਤਾਲਬ ਨੂੰ ਪੁੱਛੀਏ ਜਿਹੜਾ ਮੁਹੰਮਦ ਦੀ ਆਮਦ 'ਤੇ ਲੱਡੂ ਬਣਦਾ ਰਿਹਾ।
ਪੁੱਛਣ ਵਾਲੀ ਗੱਲ ਹੀ ਇਹ ਤੇ ਘਰ ਵਾਲਿਆਂ ਤੋਂ ਪੁੱਛਣਾ। ਘਰ ਵਾਲੇ 12 ਆਖਣ ਤੇ 12 ਮੰਨ ਲਓ, ਘਰ ਵਾਲੇ 17 ਆਖਣ, ਇਹ ਪੁੱਛਣ ਵਾਲੀ ਇਹ ਘਰ ਵਾਲਿਆਂ ਤੋਂ ਗੱਲ। ਅੱਛਾ, ਥੋੜ੍ਹੀ ਜਿਹੀ ਮੁਹੱਬਤ ਹੋਰ ਜ਼ਿਆਦਾ ਚਾਹੀਦੀ। ਅਪੀਲ ਹੀ ਹੈ, ਮਿਹਨਤ ਹੀ ਹੈ, ਆਰੋਪ ਤਾਂ ਕੋਈ ਥੋੜ੍ਹੀ ਜਿਹੀ ਮੁਹੱਬਤ ਜ਼ਿਆਦਾ। ਇਹ ਆਜੀ ਸਾਹਿਬ, ਇਹ ਬੰਦੇ ਦੇ ਨਾਂ ਕਿਤਨੇ ਹੁੰਦੇ ਨੇ? ਉੱਚਾ ਬੋਲੋ ਸਰ, ਇੱਕ ਸ਼ਨਾਖਤੀ ਕਾਰਡ ਕੱਢੋ, ਫੋਨ 'ਤੇ ਕਿਤਨੇ ਲਿਖੇ? ਇੱਕ ਰਿਆਜ਼, ਨਾਸਰ, ਹਾਂ ਬਈ ਅਮੀਰ ਜਾਨ, ਹਾਂਜੀ ਸ਼ਜਾਬ ਸਿੰਘ, ਨਾ ਤੇ ਕੀ ਉੱਠੋ ਕਿਉਂਕਿ ਬੰਦਾ ਹੁਣ ਕੁਰਾਨ ਪਾਕ ਲਿਆ ਇੱਥੇ ਮੁਕਣੇ ਆ। 99 ਨਾਂ ਅੱਲਾ ਦੇ ਨੇ, 99 ਨਾਂ ਮੁਸਤਫਾ ਦੇ ਨੇ, ਨਾਂ ਇੱਕ ਹੁੰਦਾ ਹੈ, ਕਦੀ 99 ਵੀ ਹੋ ਜਾਂਦੇ। ਥੋੜ੍ਹਾ ਸਮਝੋ ਯਾਰ, ਰਹਿਣ ਕਿਤਨੇ ਨਾਂ ਨੇ ਅੱਲਾ ਦੇ? 99 ਅਤੇ ਹਜ਼ੂਰ ਦੇ? ਮੈਂ ਗਲਤ ਆਖਾਂ, ਟੁਕੜੇ ਕਰਕੇ ਕੁੱਤੇ ਆ ਕੇ ਕੀਮਾ ਮੇਰਾ ਪਾ ਦਿਆ ਜੇ, ਉਹਦਾ ਨਾਂ ਅੱਲਾ ਹੈ, ਇਹਦਾ ਨਾਂ ਅਹਿਮਦ ਹੈ। ਜਿਹੜਾ ਅੱਲਾ ਨੇ ਹਜ਼ੂਰ ਦਾ ਨਾਮ ਰੱਖਿਆ ਹੈ ਨਾ, ਉਹ ਅਹਿਮਦ। ਮੁਹੰਮਦ ਅੱਲਾ ਨਹੀਂ ਰੱਖਿਆ, ਮੁਹੰਮਦ ਦਾਦੇ ਪਾਕ ਨੇ ਰੱਖਿਆ, ਇਹ ਉਹ ਅਲੱਗ ਬਾਤ ਹੈ। ਅੱਲਾ ਨੇ ਨਾਮ ਅਹਿਮਦ ਰੱਖਿਆ, ਅਹਿਮਦ ਇਸਮਹੂ ਅਹਿਮਦ ਫਿਰ ਤੌਰਾਤ ਵਲ ਇੰਜੀਲ ਵਲ ਜ਼ਬੂਰ। ਸੁਭਾਨ ਅੱਲਾ, ਮੁਹੰਮਦ ਤੇ ਦਾਦੇ ਸਰਕਾਰ ਅਬਦੁਲ ਮੁਤਲਬ ਨੇ ਰੱਖੇ। ਜਿਹੜਾ ਸੋਹਣਾ ਮਾਹੌਲ ਹੈ, ਜਿਤਨੀ ਤੁਸੀਂ ਮੁਹੱਬਤ ਦੇ ਰਹੇ ਹੋ, ਮੇਰੇ ਖਿਆਲ 'ਚੋਂ ਜੇਸੇ ਮੈਂ ਦੋ ਜੁਮਲੇ ਦੇ ਬਾਅਦ ਖਾਮੋਸ਼ੀ ਇਖਤਿਆਰ ਕਰਾਂਗਾ ਨੁਕਤਾ ਦੇ ਕੇ, ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਬਈ ਇੱਥੇ ਕੰਮ ਹੀ ਘੋਰ ਹੋ ਜਾਣਾ ਹੈ ਇਸ਼ਕੇ ਮੁਸਤਫਾ 'ਚ। ਜਿਹੜਾ ਨਾਮ ਅੱਲਾ ਨੇ ਰੱਖਿਆ ਹੈ ਉਹ ਕੁਰਾਨ 'ਚ ਇੱਕ ਵਾਰੀ ਆਇਆ, ਜਿਹੜਾ ਦਾਦੇ ਰੱਖਿਆ ਹੈ ਉਹ 4 ਵਾਰੀ ਆਇਆ, ਜਿਹੜਾ ਨਾਮ ਅੱਲਾ ਰੱਖਿਆ ਹੈ ਉਹ ਕਲਮੇ 'ਚ ਪੜ੍ਹਨਾ ਮਨਾ ਹੈ, ਜਿਹੜਾ ਦਾਦੇ ਰੱਖਿਆ ਉਹ ਕਿਆਮਤ ਦਾ ਰਿਵਾਜ਼ ਹੈ। ਬਹੁਤ ਇਹ ਨਾਂ ਇੱਕ ਹੋ ਗਿਆ ਅੱਲਾ ਦਾ, ਅੱਲਾ ਦਾ ਨਾਂ ਅੱਲਾ, ਹਜ਼ੂਰ ਦਾ ਨਾਂ ਅਹਿਮਦ, ਇਹ ਬਾਕੀ 98 ਠੀਕ ਹੈ। ਇਹ ਅਗਰ ਆਲਮੇ ਇਸਲਾਮ ਗੱਲ ਸਮਝ ਆਏ, 90% ਝਗੜੇ ਹੀ ਖਤਮ ਹੋ ਜਾਣਗੇ। ਝੂਠੇ ਕਿੱਸੇ ਬੰਦਿਆਂ ਸੁਣਾ ਸੁਣਾ ਕੇ ਝੂਠ ਬੋਲ 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 ਕੇ ਹੀਰ ਰਾਂਝਾ ਅਤੇ ਸੱਸੀ ਪੰਨੂ, ਰੇਸ਼ਮਾ ਅਤੇ ਸ਼ੇਰਾ ਅਤੇ ਲੈਲਾ ਮਜਨੂੰ ਅਤੇ ਸਾਹਿਬਾ ਮਿਰਜ਼ਾ, ਐਡੇ ਸ਼ੌਕ ਨਾਲ ਗਾਉਣ ਵਾਲੇ ਗਾਉਂਦੇ ਨੇ ਅਤੇ ਲੋਕ ਕੰਨ ਲਾ ਕੇ ਸੁਣਦੇ ਨੇ, ਸਾਰਾ ਝੂਠ ਹੀ ਝੂਠ। ਇਹ ਇਸ਼ਕ ਹੈ ਕਿ ਦੂ ਖਾਨਦਾਨਾਂ ਦੀ ਤੌਹੀਨ ਹੈ? ਕੀ ਰਹਿ ਗਿਆ ਧੀ ਵਾਲਿਆਂ ਦੇ ਪੱਲੇ 'ਤੇ ਕੀ ਰਹਿ ਗਿਆ? ਇਸ਼ਕ ਕਾਇਨਾਤ 'ਚੋਂ ਇੱਕੋ ਹੋਇਆ, ਦੂਜਾ ਇਸ਼ਕ ਹੋਇਆ ਹੀ ਨਹੀਂ। ਦੂਜਾ ਜਾਂ ਇਸ਼ਕ ਦਾ ਕਾਰੋਬਾਰ ਹੋਇਆ ਜਾਂ ਇਸ਼ਕ ਦੀ ਤਜਾਰਤ ਹੋਈ, ਇਸ਼ਕ ਜਿਹੜਾ ਪਾਕ ਇਸ਼ਕ ਉਹ ਇੱਕੋ ਹੀ। 53 ਸਾਲ ਹੋ ਗਏ ਨੇ ਜ਼ਾਕਰੀ ਕਰਦੇ ਹਾਂ,
ਦੋਵਾਂ ਜਹਾਨਾਂ ਦਾ ਸਰਦਾਰ ਹੈ ਕੁਰਾਨ। ਸਿਰ 'ਤੇ ਮੈਂ ਕੁਰਾਨ ਰੱਖਣਾ, ਸੱਜਾ ਹੱਥ ਮੈਂ ਅਲਮ ਪਾਕ 'ਤੇ ਰੱਖ ਕੇ ਹਲਫ ਦੇਣ ਨੂੰ ਤਿਆਰ ਹਾਂ, ਮੁਬਾਹਲਾ ਕਰਨ ਨੂੰ ਤਿਆਰ ਹਾਂ। ਮੈਂ ਉਸਰੇ ਮੌਤ ਕਰਨਾ, ਕਫਨ ਪਾਉਣਾ, ਜਿਨ ਸ਼ੱਕ ਏ ਇੱਕ ਪਾਸੇ ਨਸਲ ਲੈ ਕੇ ਉਹ ਆ ਜਾਏ, ਇੱਕ ਪਾਸੇ ਮੈਂ ਆ ਜਾਣਾ, ਰੋਜ਼ਾ ਰਸੂਲ 'ਤੇ ਖਲੋ ਕੇ ਮੁਬਾਹਲਾ ਕਰ ਲੈਂਦੇ ਹਾਂ। ਨਾ ਉਹਦਾ ਇੱਕੋ ਅੱਲਾ, ਇਹਦਾ ਆਹਮਦ ਏ, ਬਾਕੀ ਜਿਹੜਾ 98 98 ਨਾਂ ਨੇ ਨਾ, ਉਹ ਇਸ਼ਕ ਏ, ਉਹ ਇਸ ਘਰ ਨਾਲ ਕਰਦਾ ਰਿਹਾ ਹੈ ਅਤੇ ਇਹ ਘਰ ਉਹਦੇ ਨਾਲ। ਇਸ ਘਰ ਨੇ ਕਿਹਾ ਤੂੰ ਰੱਬੁਲ ਆਲਮੀਨ ਹੈ, ਉਹਨੇ ਅੱਗੋਂ ਬਾਜੀ ਦਿੱਤੀ, ਉਹਨੇ ਕਿਹਾ ਤੂੰ ਰਹਿਮਤ ਤਰਵੰਜਾ ਸਾਲਾਂ 'ਚ ਪਤਾ ਨਹੀਂ ਲੱਗਾ ਇਸ ਘਰ ਨੇ ਉਹਦੇ ਨਾਲ ਜ਼ਿਆਦਾ ਇਸ਼ਕ ਕੀਤਾ ਹੈ ਜਾਂ ਉਹਦੀ ਜ਼ਾਤ ਨੇ ਇਸ ਘਰ ਨੇ। ਉਹ ਯਹੂਦੀ ਛੇੜਨ ਨਾ ਉੱਥੇ ਮੱਕੇ 'ਚ, ਯਹੂਦੀ ਇਹ ਜਿਹੜੀ ਮਿਲਾਦੁਨ ਨਬੀ ਦਾ ਪ੍ਰੋਗਰਾਮ ਹੈ ਨਾ, ਇਹ ਇੱਕ ਮਜਲਸ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਤੁਹਾਡੇ ਵਾਲੇ ਇੱਕ ਮਹਿਮਾਨ ਆਵੇ ਅਤੇ ਤੁਸੀਂ ਉਹਨੇ ਇੱਕ ਲੁਕਮਾ ਦੇ ਦਿਓ ਵਕਤ 'ਤੇ, ਇੱਕ ਲੁਕਮਾ, ਉਹਦੇ ਨਾਲ ਉਹਦੀ ਭੁੱਖ ਖਤਮ ਨਹੀਂ। ਇਹਦੇ ਵਾਸਤੇ ਕਮ ਅਜ਼ ਕਮ ਅਸ਼ਰਾ ਚਾਹੀਦਾ, ਲੇਕਿਨ ਜੋ ਇਸੇ ਨਾਲ ਆਉਂਦਾ ਹੈ ਮੈਂ ਜਨਾਬ ਹੁੰਦੇ ਸਿਰਫ ਤਵੱਜੋ ਕਰ, ਸਿਰਫ ਤਵੱਜੋ। ਉਹ ਯਹੂਦੀਆਂ ਛੇੜਨਾ ਜੀ, ਯੂਸਫ ਬੜਾ ਸੋਹਣਾ, ਯੂਸਫ ਬੜਾ ਹਜ਼ੂਰ ਦੀ ਆਵਾਜ਼ ਆਈ, ਮੇਰਾ ਅੱਲਾ ਇਹ ਮੈਨਾਂ ਦੇ ਨੇ ਵੀ ਯੂਸਫ ਬੜਾ ਸੋਹਣਾ ਹੀ ਫਰਮਾਇਆ। ਕੱਲ੍ਹ ਜੇ ਸੇ ਆਖਣ ਗੋਲ ਬਾਲ ਹੈ ਤਿੰਨਾਂ ਨਾਖ ਹੈ ਵੀ ਇੱਕ ਦਲੀਲ ਦੇਣ ਉਸਨੇ ਯੂਸਫ ਦੀ ਦਲੀਲ ਉਹ ਆਏ ਹਜ਼ੂਰ ਨੇ ਕਿਹਾ ਉਰੇ ਆਓਗੇ ਬੈਠੋ, ਤੁਸੀਂ ਰੋਜ਼ ਆਉਂਦੇ ਹੋ ਯੂਸਫ ਬੜਾ ਸੋਹਣਾ, ਯੂਸਫ ਬੜਾ ਸੋਹਣਾ, ਕੋਈ ਦਲੀਲ ਦਿਓ ਦਲੀਲ। ਉਹਨਾਂ ਨੇ ਦਲੀਲ ਦਿੱਤੀ, ਉਸ 'ਤੇ ਜ਼ੁਲੈਖਾ ਆਸ਼ਕ ਹੋਈ, ਉਹ ਕਾਫਰ ਔਰਤ ਜਿਹੜੀ ਸੀ ਬਈ ਉਹ ਆਸ਼ਕ ਹੋ ਗਿਆ। ਅੱਗੇ ਮੇਰਾ ਲਾ ਆਉਂਦੇ ਨੇ ਉਸ 'ਤੇ ਜ਼ੁਲੈਖਾ ਆਸ਼ਕ ਹੋ ਗਈ, ਫਰਮਾਇਆ ਜ਼ੁਲੈਖਾ ਆਪ ਕਾਫਰ, ਉਹਦੀ ਮਾਂ ਕਾਫਰ, ਉਹਦਾ ਪਿਓ ਕਾਫਰ, ਉਹਦੀ ਨਾਨੀ ਕਾਫਰ, ਉਹਦੀ ਦਾਦੀ ਕਾਫਰ, ਉਹਦਾ ਦਾਦਾ ਕਾਫਰ, ਉਹਦਾ ਨਾਨਾ ਕਾਫਰ। ਇਹ ਕਾਫਰਾਂ ਦੀ ਕੁੜੀ ਜਿਸ 'ਤੇ ਆਸ਼ਕ ਹੋ ਜਾਏ ਉਹ ਜ਼ਿਆਦਾ ਖੂਬਸੂਰਤ ਹੈ ਜਾਂ ਜਿਸ 'ਤੇ ਅੱਲਾ ਖੁਦ ਆਸ਼ਕ ਹੋ ਜਾਏ? ਪੁੱਛ ਯੂਸਫ ਜੇ ਬੜਾ ਸੋਹਣਾ ਆਈ ਤੇ ਮੈਂ ਉਹਦੀ ਕਸਮ ਕਿਉਂ ਨਹੀਂ ਚਾਹੀ, ਮੁਝੇ ਹੁਸਨ ਯੂਸਫ ਕੀ ਕਸਮ। ਚੱਲ ਜਰਾ ਥੋੜਾ ਜਿਹਾ ਚਿਹਰਾ ਉੱਤੇ ਕਰ, ਥੋੜੀ ਦਾਦ ਆਈ ਤੇ ਲੜਾਈ ਹੋ ਜਾਣੀ ਜੀ। ਮੈਂ ਹਜ਼ੂਰ ਨੇ ਥੋੜਾ ਜਿਹਾ ਇਸ ਤਰ੍ਹਾਂ ਆਵਾਜ਼ ਕੁਦਰਤ ਆਈ, ਬਸ ਸ਼ਮਸ ਬਾਜ਼ੋਹਾ ਆਪਣੀ ਕਾਲੀ ਚਾਦਰ ਜ਼ਰਾ ਆਪਣੇ ਚਿਹਰੇ 'ਤੇ ਦੇ। ਹਜ਼ੂਰ ਨੇ ਇਸ ਤਰ੍ਹਾਂ ਚਿਹਰੇ 'ਤੇ ਆ ਗਏ, ਫਰਮਾਇਆ ਆਹਿਸਤਾ ਆਹਿਸਤਾ ਕਰਕੇ ਉਠਾ, ਜੇ ਹਜ਼ੂਰ 'ਚ ਲੈਣ ਦੀ ਤਾਂ ਫਰਮਾਇਆ ਮਲਾਇਕਾ ਵੇਖੋ ਵਲ ਕਮਰੇ ਇਬਾਦਤਾ। ਅੱਲਾਹ ਰਿਸਾਲਤ ਯਾ ਰਸੂਲ ਅੱਲਾਹ
ਥੋੜ੍ਹੀ ਜਿਹੀ ਸਾਈਡ ਇਸ ਤਰ੍ਹਾਂ ਦਾ, ਜਿਵੇਂ ਤੁਸੀਂ ਫੋਟੋ ਨਾ ਬਣਾਉਂਦੇ ਹੋਣਾ, ਇੰਝ ਕਰਕੇ ਆਉਣਾ, ਇੰਝ ਕਰਕੇ ਆਉਣਾ ਬਣਾਉਂਦੇ ਨਾ, ਅੱਲਾਹ ਪਾਕ ਨੇ ਕਿਹਾ ਥੋੜ੍ਹਾ ਜਿਹਾ ਫਰਮਾਇਆ ਵਨ ਨਜਮੇ ਗਾਹਾ, ਫਰਮਾਇਆ ਤੇਰਾ ਕੰਘੀ ਪੈ ਦਿੱਤਾ, ਹਜ਼ੂਰ ਨੇ ਕੰਘੀ ਲਈ ਇਸ ਤਰ੍ਹਾਂ ਮਾਰੀ, ਫਰਮਾਇਆ ਵਨ ਲਾਏ ਲਈ ਗਾਹਾ, ਫਰਮਾਇਆ ਹੁਣ ਤੇਰਾ ਥੋੜ੍ਹਾ ਜਿਹਾ ਟੁਰ, ਥੋੜ੍ਹਾ ਜਿਹਾ ਟੁਰ। ਹਜ਼ੂਰ ਨੇ ਇੱਕ ਕਦਮ ਰੱਖਿਆ, ਆਵਾਜ਼ੇ ਕੁਦਰਤ ਆਈ, ਲਾ ਉਕਸਿਮੋ ਬਿਹਾਜ਼ਲ ਬਲਦ, ਉਹ ਮਲਾਇਕਾ ਤਸਵੀਆਂ ਛੱਡੋ, ਮੈਂ ਕਸੀਦਾ ਪੜ੍ਹਨਾ, ਤੁਸੀਂ ਵੇਖੋ, ਲਾ ਉਕਸਿਮੋ ਬਿਹਾਜ਼ਲ, ਵੇਖੋ ਮੇਰਾ ਮਹਿਬੂਬ ਟੁਰਦਾ ਕਿਹੜਾ ਹੋਣਾ, ਆਪਣੀ ਚਾਦਰ ਲੈ ਕੇ ਫਿਰ ਹਜ਼ੂਰ ਨੇ ਆਪਣੀ ਚਾਦਰ ਇੱਥੇ ਰੱਖੀ, ਫਰਮਾਇਆ ਅਯੂ ਹਲ ਮੁਜ਼ਲ, ਫਰਮਾਇਆ ਉਹਦਾ ਚਾਦਰ ਇੱਥੇ ਰੱਖ, ਫਰਮਾਇਆ ਅਯੂ ਹਲ ਮੁਜ਼ਲ, ਫਰਮਾਇਆ ਹੁਣ ਥੋੜ੍ਹੀ ਜਿਹੀ ਤਕਲੀਫ ਕਰ, ਜ਼ਰਾ ਚਾਦਰ ਖੋਲ, ਚਾਦਰ ਖੁੱਲ ਗਈ, ਫਰਮਾਇਆ ਆਪ ਥੱਲੇ ਬਹਿ ਗਏ, ਆਪ ਬਹਿ ਗਿਆ, ਫਰਮਾਇਆ ਅਲੀ ਨੂੰ ਬੁਲਾਓ, ਅਲੀ ਚਾਦਰ ਥੱਲੇ ਆ, ਹਸਨ ਚਾਦਰ ਥੱਲੇ ਆ, ਹੁਸੈਨ ਚਾਦਰ ਥੱਲੇ, ਚਾਦਰ ਥੱਲੇ, ਜੇ ਪੰਜ ਬਹਿ ਗਏ, ਆਵਾਜ਼ ਕੁਦਰਤ ਆਈ, ਰੋਜ਼ ਪੁੱਛਦੇ ਆ, ਕਾਇਨਾਤ ਕਿਉਂ ਬਣਾਈਏ, ਮੈਂ ਕਸਮ ਮੈਂ ਆਪਣੀ ਇੱਜ਼ਤ ਤੋਂ ਜਲਾਲਤ ਦੀ, ਇਹਨਾਂ ਪੰਜਾਂ ਦੇ ਸਦਕੇ ਬਣਾਈ, ਉਹ ਇਸ ਘਰ ਨਾਲ ਕਰਦਾ ਰਿਹਾ, ਮੇਰੇ ਸ਼ੀਆ ਸੁਣੀ ਭਾਈ ਇੱਕੋ ਗਾਰ ਹੈ, ਮੌਲਾਨਾ ਤਾਰਕ ਜਮੀਲ ਸਾਹਿਬ ਨੇ ਬੜੇ ਮਸਲੇ ਹੱਲ ਕਰ ਦਿੱਤੇ, ਇਲਾਮਾ ਤਾਰਕ ਜਮੀਲ ਸਾਹਿਬ ਨਹੀਂ ਚਲੰਬੇ ਵਾਲੇ ਜੋ ਬੰਦੀ, ਉਹਨਾਂ ਬੜੇ ਮਸਲੇ ਹੱਲ ਕਰਦੇ, ਮੈਂ ਉਹਨਾਂ ਨੂੰ ਸਲਾਮ ਪੇਸ਼ ਕਰਨਾ, ਉਹਨਾਂ ਉਮਤ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼, ਉਹਨਾਂ ਕਿਹਾ ਯੂੰ ਤੋ ਦੁਨੀਆ ਮੈਂ ਬੜੇ ਬੜੇ ਘਰ ਹੈ, ਮਗਰ ਕਿਸੀ ਕੋ ਬੜਾ ਕਹਿਣੇ ਵਾਲੇ ਤੁਮ ਹੋ, ਕਿਸੀ ਕੋ ਬੜਾ ਕਹਿਣੇ ਵਾਲਾ ਮੈਂ ਹੋ, ਅੱਲਾ ਨੇ ਸਿਰਫ ਇਹ ਘਰ ਕੋਈ ਬੜਾ ਕੀਆ ਹੈ, ਜੋ ਤਤਾਹੀਰ ਕੇ ਨੀਚੇ ਬੈਠਾ, ਇੱਕ ਬਾਤ ਆਖਰੀ ਕਰਕੇ ਜੁੜਲਾ ਸਾਹਿਬ ਦਾ ਮੈਂ ਮਜ਼ੂ ਬਹੁਤ ਤਵੀਲ ਛੋੜ ਦਿੱਤਾ, ਆਜੀ ਸਾਹਿਬ ਵੀ ਜਾ ਕੇ ਪੜ੍ਹਨਾ ਹੈ, ਮੈਂ ਵੀ ਜਾ ਕੇ ਪੜ੍ਹਨਾ। ਅੱਛਾ ਇੱਕ ਗੱਲ ਸਰਕਾਰੀ ਇਲਾਮਾ ਤੈਰੁਲ ਕਾਦਰੀ ਦੀ ਮੈਂ ਚਾਹੁੰਦਾ ਵੀ ਅਸੀਂ ਇਕੱਠੇ ਹੋ, ਮੇਰੀ ਖਾਹਿਸ਼, ਲੜਾਉਣ ਵਾਲਾ ਕਦੀ ਵੀ ਅੱਛਾ, ਜਿਸ ਬਾਪ ਦੇ ਦੋ ਬੇਟੇ ਜੁਦਾ ਕਰ ਦੇਗੀ ਉਹ ਬਾਪ ਮਾਫ਼ ਨਹੀਂ ਕਰੇਗਾ, ਅਸੀਂ ਨਬੀ ਦੀ ਉਮਤ ਨੂੰ ਤਕਸੀਮ ਕਰ ਦਿਆਂਗੇ ਪੜ੍ਹਨ ਵਾਲੇ, ਅਤੇ ਨਬੀ ਕਿਵੇਂ ਮਾਫ਼ ਕਰੇ, ਚਾਰ ਸਾਲ ਪਹਿਲੇ ਅੱਜ ਰਾਤ ਵੀ ਖਿਤਾਬ ਇਹ ਯਾਦਗਾਰ ਏ ਪਾਕਿਸਤਾਨ, ਲੱਖਾਂ ਦਾ ਮਜਮਾ ਹੋਣਾ ਉੱਥੇ, ਲੱਖਾਂ ਦਾ, ਸਰਕਾਰੀ ਇਲਾਮਾ ਤੈਰੁਲ ਕਾਦਰੀ ਸਾਹਿਬ ਦਾ ਉੱਥੇ ਖਿਤਾਬ ਹੈ, ਬਰੇਲਵੀ ਮਸਰਤ ਦੇ ਬਹੁਤ ਬੜੇ ਜੈਅਦ ਆਲਮ ਨੇ, ਹਜ਼ਾਰ ਕਿਤਾਬ ਦੇ ਮੁਸੰਨਫ ਨੇ, ਗੱਲ ਉਹਨਾਂ ਐਡੀ ਵੱਡੀ ਕਰ ਚੜੀ ਗਈ ਸ਼ੀਆਂ
ਤੁਸੀਂ ਮੌਲੀ ਤਹਿਰੁਲ ਕਾਦਰੀ ਦਾ ਉਧਾਰ ਵਾਪਸ ਹੀ ਨਹੀਂ ਕਰ ਸਕਦੇ। ਉਹ ਚਾਰ ਸਾਲ ਪਹਿਲੇ ਯਾਦਗਾਰ ਪਾਕਿਸਤਾਨ ਮਿਲਾਦ ਪੈ ਪੜਦੇ ਸਨ ਅਤੇ ਅੱਗੇ ਰੁਕਾ ਆ ਗਿਆ ਕਿ ਸੁਹਾਬਾ ਕਰਾਮ ਨੇ ਜਿਸ਼ਨੇ ਈਦ ਮਿਲਾਦੁਲ ਨਬੀ ਨਹੀਂ ਮਨਾਇਆ, ਤੁਮ ਕਿਸ ਮੂੰਹ ਸੇ ਮਨਾ ਰਹੇ ਹੋ। ਜਿਹੜਾ ਉਹਨਾਂ ਜਵਾਬ ਦਿੱਤਾ ਉਹ ਸੁਣ ਲਓ। ਉਹਨਾਂ ਕਿਹਾ ਯੇ ਸੁਹਾਬਾ ਕਾ ਮਸਲਾ ਹੀ ਨਹੀਂ ਹੈ, ਯੇ ਤੋ ਅਹਿਲੇ ਬੈਤ ਕਾ ਮਸਲਾ ਹੈ। ਜਬ ਹਜ਼ੂਰ ਆਏ ਤੋ ਸਵਾਮੀ ਥਾ ਹੀ ਕੋਈ, ਘਰ ਵਾਲੇ ਥੇ। ਤੋ ਗੁਜ਼ਾਰਿਸ਼ ਇਹ ਹੈ ਕੋਈ ਅਸੀਂ ਸਵਾਬਾ ਗ੍ਰਾਮ ਦੇ ਮੁਨਕਰ ਨਹੀਂ। ਕਰੋੜ ਜ਼ਰਬੇ ਕਰੋੜ ਜ਼ਰਬੇ ਕਰੋੜ ਲਾਨਤ ਉਹ ਸ਼ਖਸ ਤੇ ਜਿਹੜਾ ਆਪਣੇ ਆਪ ਨੂੰ ਸ਼ੀਆ ਸਦਵਾਏ ਤੇ ਅਸਹਾਬੇ ਬਾ ਵਫਾ ਦਾ ਮੁਨਕਰ ਹੋ। ਮੁਹੰਮਦ ਸੇ ਵਫਾ ਹਮ ਤੇਰੇ ਹੈ ਕਿ ਜਹਾਂ ਜੀ ਲੱਗਿਆ। ਬਹੁਤ ਖਤਮ ਹੋ ਗਿਆ। ਘਰ ਵਾਲੇ ਜਿਹੜੀ ਤਾਰੀਖ ਆਉਂਦੇ ਨੇ ਉਹ ਮਨਾਓ, ਕਿਉਂ ਇਹ ਸ਼ੋਭਾ ਦੋਸਤਾਂ ਦਾ, ਅਹਿਲੀਆ ਦਾ, ਸਸੁਰਾਲ ਦਾ, ਇਹ ਪਿਓਰ ਸ਼ੋਭਾ। ਜਿਵੇਂ ਐਵੇਂ ਕਿਸੇ ਕਹਿ ਦਿੱਤਾ ਤੇ ਲਿਖ ਦਿੱਤਾ, ਸਭ ਨੇ ਲਿਖ ਦਿੱਤਾ ਫਿਰ ਕਿਤਾਬਾਂ ਕਿ ਹਜ਼ੂਰ ਸੁੱਤੇ ਰਹੇ ਨੇ ਤੇ ਖਾਬ ਆਇਆ ਤੇ ਮੇਰਾਜ ਤੇ ਗਏ। ਖਾਬ ਏ ਦੋ ਰਾਵੀ ਨੇ ਇਸਦੇ, ਖਾਬ ਵਾਲੀ ਰਵਾਇਤ ਦੇ, ਇੱਕ ਅਮੀਰੇ ਸ਼ਾਮ ਇੱਕ ਉਮਰ ਮੋਮਿਨੀ। ਸੈਦ ਅਨਸਲ ਰਸੂਲ ਆ ਕਾਬੇ ਦਾ ਹਾਜੀਆਂ, ਇਮਾਮ ਦਾ ਦਵਾਰਾ, ਹੁਸੈਨ ਦਾ ਜ਼ਾਕਰ ਆ, ਜ਼ਿੰਦਗੀ ਦੇ ਸ਼ੱਕੇ ਮੌਤ ਯਕੀਨ ਏ, ਕਬਰ ਹਨੇਰੀ ਏ, ਮਾਸ਼ਰ ਸਖਤੇ, ਜਹਨਮ ਨਾ ਕਾਬਲੇ ਬਰਦਾਸ਼ਤ ਏ। ਮੈਂ ਝੂਠ ਬੋਲਾਂ ਕਿਆਮਤ ਵਾਲੇ ਦਿਨ ਸ਼ਕਲੇ ਇਨਸਾਨੀ ਚ ਨਾ ਉੱਠਾਂ ਤੇ ਨਬੀ ਮੇਰੀ ਸ਼ਫਾਤ ਨਾ ਕਰੇ ਤੇ ਜ਼ਿੱਦ ਦਾ ਇਲਾਜ ਕੋਈ ਨਹੀਂ। ਜਦਣ ਹਜ਼ੂਰ ਨੂੰ ਮੇਰਾਜ ਹੋਇਆ ਹੈ, ਅਮੀਰੇ ਸ਼ਾਮ ਅਜੇ ਕਲਮੇ ਹੀ ਨਹੀਂ ਪੜੇ ਆ ਤੇ ਅੰਮਾ ਨਾਲ ਨਿਗਾਹ ਹੀ ਨਹੀਂ ਹੋਇਆ। ਹਜ਼ੂਰ ਦਾ ਸਦਕਾ ਅੱਲਾ ਸਾਡੀਆਂ ਪਰੇਸ਼ਾਨੀਆਂ ਦੇ ਹਜ਼ੂਰ ਦੇ ਸਦਕੇ ਇਹ ਮਹੀਨਾ ਬਾਇਸੇ ਬਰਕਤ ਹੋ। ਤਮਾਮ ਮੋਮਨੀਨ ਦੀਆਂ ਮੇਰਾ ਅੱਲਾ ਪਰੇਸ਼ਾਨੀਆਂ ਦੂਰ, ਹਰ ਮੋਮਨ ਨੂੰ ਅੱਛੇ ਅਮਲ ਦੀ ਵਾਸਤੇ ਹੀ ਆਪਣੀ ਇੱਜ਼ਤ ਓ ਜਲਾਲਤ ਦਾ, ਵਾਸਤੇ ਹੀ ਹਜ਼ੂਰ ਦੀ ਰਹਿਮਤ ਦਾ, ਵਾਸਤੇ ਹੀ ਅਲੀ ਦੀ ਵਿਲਾਇਤ ਦਾ। ਮੇਰੇ ਖਾਲਕ ਮੇਰੇ ਮਾਲਕ, ਫਰਿਆਦੀਆਂ 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 ਫਰਿਆਦ ਕਰ ਰਹੇ ਹਾਂ, ਮੌਤ ਤੋਂ ਕਬਲ ਕੋਈ ਇੱਕ ਅਮਲ ਐਸਾ ਕਰਵਾ ਦੇਈ ਜਿਹੜਾ ਜਹੰਨਮ ਤੋਂ, ਜਿਹੜਾ ਤਿੰਨ ਪਸੰਦ ਹੋਵੇ, ਜਿਹੜਾ ਤੇਰੀ ਰਾਮ ਨੂੰ ਬਬਲ ਹੋਵੇ, ਇੱਕ ਅਮਲ ਐਸਾ ਹਜ਼ੂਰ ਦੇ ਸਦਕੇ ਕਰ। ਮਸਾਹਿਬ ਦੇ ਜੁਮਲਾ ਇੱਕ ਕੋਈ ਕਮੀ ਰਹਿ ਗਈ, ਹਾਜੀ ਸਾਹਿਬ ਤੋਂ ਬਿਹਤਰ ਮਸਾਹਿਬ ਕੌਣ ਕਰਦਾ। ਹਾਜੀ ਸਾਹਿਬ ਨੂੰ ਅੱਲਾਹ ਪਾਕ ਨੇ ਬਹੁਤ ਇਸ ਸ਼ੋਭੇ ਇੱਕ ਮਹਾਰਤ ਦੇ ਤਾਮਾ ਦਿੱਤੀ ਔਰ ਹਮੇਸ਼ਾ ਕਾਇਮ ਰਹੇ, ਹਮੇਸ਼ਾ ਕਾਇਮ ਰਹੇ, ਹਮੇਸ਼ਾ ਮਦਦ ਕੀਤੀ। ਜੈ 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 ਜੈ, ਬੜੇ ਹੀ ਮਾਰਿਆ ਨੇ ਕਰਬਲਾ, ਇਤਨਾ ਮਾਰਿਆ, ਇਤਨਾ ਮਾਰਿਆ, ਮਰਨ ਦੇ ਬਾਅਦ ਮਾਰਿਆ।
ਜਿਵੇਂ ਕਸਮ ਨਹੀਂ ਚਾਹੀਦੀ, ਮੈਂ ਕਸਮ ਜਾਣਾ ਪਿਆ, ਮੈਨ ਕਸਮ ਹੈ ਵਾਹਲਾ ਉਲਾ ਸ਼ਰੀਕ ਦੀ, ਮੇਰੇ ਸ਼ੀਆ ਭਾਈ, ਮੇਰੇ ਸੁੰਨੀ ਭਾਈ, ਕੋਈ ਸ਼ੀਆ ਸੁੰਨੀ ਦਾ ਪੁੱਤਰ ਨਹੀਂ ਮਾਰਿਆ ਗਿਆ, ਰਸੂਲ ਦਾ ਪੁੱਤਰ ਮਾਰਿਆ ਗਿਆ। ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇਕੱਠੇ ਹੋ ਜਾਓ। ਮੈਂ ਕਸਮ ਵਿਆਲੇ ਨਾ ਰਿਹਾ ਸ਼ਾਹ ਕਿ 10 ਮੁਹਰਮ ਵਾਲੇ ਦਿਨ ਕਰਬਲਾ ਦੇ ਚੁੱਬੇ 'ਤੇ ਯਜ਼ੀਦ ਦੀ ਫੌਜ 'ਚੋਂ ਉਹ ਬੰਦਾ ਕੋਈ ਨਹੀਂ ਜਿਹਦਾ ਹੱਥ ਹੋਵੇ ਅਤੇ ਉੱਥੋਂ ਹੁਸੈਨ ਨੂੰ ਨਾ ਮਾਰੇ। ਜਿਸ ਨੇ ਈਦ ਮਿਲਾਦ ਨਬੀ ਵਾਲੇ ਮੇਰੇ ਸ਼ੀਆ ਸੁੰਨੀ ਭਾਈ ਅੱਲਾਹ ਤੁਹਾਨੂੰ ਖੁਸ਼ ਰੱਖੇ, ਦੋਵੇਂ ਘਰ ਖੁਸ਼ ਰਹੋ, ਹਜ਼ੂਰ ਦੇ ਜਸ਼ਨ ਮਨਾਓ, ਖੁਸ਼ੀ ਮਨਾਓ। ਜਦੋਂ ਹਜ਼ੂਰ ਦੇ ਘਰ ਖੁਸ਼ੀ ਹੈ ਉਦੋਂ ਖੁਸ਼ੀ ਮਨਾਓ, ਅਤੇ ਜਦੋਂ ਹਜ਼ੂਰ ਦੇ ਘਰ ਦੁੱਖ ਹੋਵੇ ਉਦੋਂ ਦੁੱਖ। ਬੜੀ ਮਾਰਿਆ ਨੇ ਇਮਾਮ ਸਾਹਿਬ, ਮੈਂ ਤਰੇ ਵਾਰੀ ਆਖਿਆ, ਬਲਕਿ ਜ਼ਿਆਦਾ ਦਫ਼ਾ ਆਖਿਆ, ਮੇਰੇ ਖਿਆਲ ਮੈਂ ਜ਼ਿਆਦਾ ਦਫ਼ਾ ਆਖਿਆ ਕਿ ਹੁਸੈਨ ਨੂੰ ਬੜਾ ਮਾਰਿਆ। ਇਸ 'ਤੇ ਮੈਂ ਇੱਕ ਦਲੀਲ ਦਿਆਂਗਾ, ਸਿਰਫ ਇੱਕ ਦਲੀਲ, ਇੱਕੋ ਦਲੀਲ, ਦੂਸਰੀ ਦੀ ਜ਼ਰੂਰਤ ਨਹੀਂ ਪੈਗੀ, ਜਿਤਨਾ ਅੱਛਾ ਮਾਹੌਲ ਹੈ। ਸਾਰੇ ਮੁਮਿਨੀਨ 'ਚੋਂ ਚੰਦ ਬੰਦੇ ਬੋਲ ਕੇ ਜਵਾਬ ਦੇ ਦਿਆ ਜੀ, ਕਰਬਲਾ ਸਾਰਿਆਂ ਤੋਂ ਛੋਟਾ ਕੌਣ ਹੈ? ਆਪਣੀ ਮਾਂ ਦੀ ਪਾਤਸ਼ਾਹੀ ਦੀ ਜਿਹਨਾਂ ਸਾਰਿਆਂ ਤੋਂ ਛੋਟੇ ਨੇ ਤਰੇ ਵਾਰੀ ਮਾਰਿਆ, ਇਸ ਤੋਂ ਆਸਾਨ ਦੁਨੀਆਂ ਦਾ ਕੋਈ ਖਤੀਬ ਨਹੀਂ ਸਮਝਾਏਗਾ। ਜੀ ਮੈਂ ਸਮਝਾਉਂਦਾ, ਇਹ 6 ਮਹੀਨੇ ਦੇ ਬੱਚੇ ਦਾ ਕੱਦ ਬੋਲੋ, ਠੀਕ ਹੈ, 6 ਮਹੀਨੇ ਦੇ ਬੱਚੇ ਦਾ ਦਾਵੀ ਦੀ ਦੀਗਰ ਇਹ ਗਰਦਨ ਨਾਲੋਂ ਸ਼ਿਮਲ ਨੇ ਜੁਦਾ ਕਰ ਲਿਆ, ਪਿੱਛੇ ਇਹ ਬਚ ਗਏ, ਘੋੜੇ ਭੱਜਦੇ ਰਹੇ, ਮੈਨੂੰ ਦੱਸੋ ਪਿੱਛੇ ਅਸਰ ਕੋਈ ਬਚ ਕੇ ਨਹੀਂ ਆਈ, ਜਿਹੜਾ ਭੈਣ ਘੋੜੇ ਚਲਾਏ ਕੇ ਰੋਏ ਤਰਨਾ। ਨਵੀ ਲਓ ਜਿਹੜੇ ਹੈ ਆਓ ਅਫਸੋਸ ਕਰ, ਜਨਾਬੇ ਦਾਊਦ ਅਲੈਹਿ ਸਲਾਮ ਅਰਬਾਂ ਤੋਂ ਜਿਹੜੇ ਅਰਬ ਸਨ ਉੱਥੇ, ਉਹਨਾਂ ਤੋਂ 3 ਗੱਲਾਂ ਮੰਗਵਾਈਆਂ, 3 ਗਾਲੀ ਮੰਗਵਾਈਆਂ, ਔਰ ਉਹਨਾਂ ਮੰਗ ਲਈਆਂ ਤਸਲੀਮ ਕਰ। ਜਨਾਬੇ ਦਾਊਦ ਅਲੈਹਿ ਸਲਾਮ ਨੇ ਕਿਹਾ, ਕਸਮ ਦਿਓ ਆਈਂਦਾ ਥਨ ਪੀਂਦਾ ਨਹੀਂ ਮਾਰੋਗੇ। ਉਹਨਾਂ ਕਿਹਾ ਠੀਕ ਹੈ, ਨਹੀਂ ਮਾਰਾਂਗੇ। ਦੂਸਰਾ ਜ਼ਰਾ ਤਵੱਜੋ ਜ਼ਿਆਦਾ ਕਰਿਆ, ਜਨਾਬੇ ਦਾਊਦ ਅਲੈਹਿ ਸਲਾਮ ਕਿਹਾ, ਅਗਰ ਲੜਦਿਆਂ ਅਚਾਨਕ ਅੱਗੇ ਸਿਹਰਿਆਂ ਆ ਜਾਏ ਅਤੇ ਸਿਹਰਿਆਂ ਖਤਮ ਨਾ ਹੋ ਜਾਏ। ਉਹਨਾਂ ਕਿਹਾ ਠੀਕ। ਤੀਸਰਾ ਜਨਾਬੇ ਦਾਊਦ ਅਲੈਹਿ ਸਲਾਮ ਦੇ ਅਥਰੂ ਤੇਲ ਹੋ ਗਏ,
ਇਹ ਹਿਚਕੀਆਂ ਵੱਜ ਗਈਆਂ ਤੇ ਧਾਹ ਮਾਰ ਕੇ ਆਉਂਦੇ ਨੇ ਕਸਮ ਜਾਓ ਤੌਰਾਤ ਤੇ ਹੱਥ ਰੱਖ ਕੇ ਅਗਰ ਪਿਓ ਪਿਆ ਮਰੀਂਦਾ ਹੋਵੇ ਤੇ ਧੀ ਛੁਡਾਵੇਂ ਨਾ ਧੀ ਦੇ ਸਾਹਮਣੇ ਹੱਦ ਮੁੱਕ ਗਈ ਖੰਜ ਪੀਂਦਾ ਮਾਰਿਆ ਸਿਰਿਆਂ ਮਾਰਿਆ ਸ਼ਿਮਰ ਮਾਰਨ ਆ ਗਿਆ ਧੀ ਛੁਡਾਵੇਂ ਨਾ ਗਿਆ ਹਜ਼ੂਰ ਦੇ ਗੱਲ ਚੋਂ ਕਪੜਾ ਪਾ ਲਿਆ ਔਰ ਹਜ਼ੂਰ ਨੂੰ ਇਤਨਾ ਕੱਪੜੇ ਨੂੰ ਵੱਟ ਚਾੜੇ ਕਿ ਹਜ਼ੂਰ ਦੀ ਸਾਂਸ ਰੁਕ ਗਈ ਚਿਹਰਾ ਸੁਰਖ ਹੋ ਗਿਆ ਅੱਖਾਂ ਲਹਿ ਲਾ ਗਈਆਂ ਉਹ ਕਿਸੇ ਅੱਗੇ ਆਪਣਾ ਮੁਹੰਮਦ ਨੂੰ ਕਤਲ ਕਰ ਦਿੱਤਾ ਹੈ ਚੌਂ ਸਾਲਾਂ ਦੀ ਬਤੂਲ ਮਾਂ ਦਾ ਬੁਰਕਾ ਪਾਇਆ ਔਰ ਸਾਹਮਣੇ ਆ ਕੇ ਆਉਂਦੀ ਹੈ ਮੇਰੇ ਬਾਬੇ ਨਾ ਮਾਰੋ ਮੇਰਾ ਭਾਈ ਕੋਈ ਨਹੀਂ ਮੇਰੇ ਬਾਬੇ ਨਾ ਮਾਰੋ ਮੇਰਾ ਭਾਈ ਕੋਈ ਨਹੀਂ ਅਬੂ ਜੇਲ ਆ ਗਿਆ ਛੋੜ ਦਿਓ ਧੀ ਆ ਗਈ ਹੈ ਕਰਬਲਾ ਧੀ ਵੀ ਆਈ ਤੇ ਸ਼ਿਮਰ ਹਿਆ ਸ਼ਿਮਰ ਮਾਰੀਆਂ ਇਮਾਮ ਹੁਸੈਨ ਨੂੰ ਜ਼ਖਮ ਨਹੀਂ ਹੋਇਆ ਇਮਾਮ ਹੁਸੈਨ ਦਾ ਖੂਨ ਨਹੀਂ ਨਿਕਲਿਆ ਸ਼ਿਮਰਾਂ ਦਾ ਮੈਂ ਸਾਰਾ ਜ਼ੋਰ ਲਾ ਕੇ ਮਾਰਨਾ ਤੈਨੂੰ ਜ਼ਖਮ ਵੀ ਨਹੀਂ ਹੁੰਦਾ ਤੇਰਾ ਖੂਨ ਵੀ ਨਹੀਂ ਨਿਕਲਦਾ ਇਮਾਮ ਹੁਸੈਨ ਦਾ ਸਲਾਮ ਫਰਮਾਇਆ ਸਿਰਫ ਤੈਨੇ ਦੱਸਣਾ ਜੀ ਇਹ ਬਹੁਤ ਵੱਡਾ ਜੁਮਲਾ ਹੈ ਅੱਜ ਦਾ ਮੇਰੀ ਤਕਰੀਰ 'ਚੋਂ ਬਹੁਤ ਵੱਡਾ ਜੁਮਲਾ ਜਿਹੜਾ ਸਮਝ ਲਵੇ ਉਹ ਦੂਜਿਆਂ ਨੂੰ ਹੀ ਸਮਝਾਏ ਜ਼ਰਾ ਮੁਸ਼ਕਲ ਹੈ ਇਮਾਮ ਹੁਸੈਨ ਫਰਮਾਇਆ ਮੈਂ ਹੁਜਤ ਖੁਦਾ ਹਾਂ ਮੈਂ ਸਿਰਫ ਤੈਨੇ ਦੱਸਣਾ ਆਈ ਮੈਂ ਮਜ਼ਲੂਮ ਹਾਂ ਮਜਬੂਰ ਕੀ ਯਾਦ ਕਰਦੇ ਕਿਸੇ ਸ਼ਰੀਫ ਨਾਲ ਵਾਪਿਆ ਜਿਹੜਾ ਬੰਦਾ ਸ਼ੀਆ ਹੈ ਸ਼ੀਆ ਦੇ ਘਰ ਜਮੇ ਹੈ ਮਾਂ ਦੀ ਡੋਰੀ ਚ ਵਜਦਾ ਸੁਣ ਰਿਹਾ ਉਹਦਾ ਮਾਇੰਡ ਆਇਆ ਮੈਂ ਦੁੱਖ ਲੈ ਕੇ ਬਾਰ ਬਾਰ ਨਿਕਲ ਜਾਂਦਾ ਜਦਨ ਸੈਯਦਾਦੀ ਸਰ ਨਹੀਂ ਚਾਇਆ ਹਰਾਮਜ਼ਾਦੇ ਬੜੇ ਅਦਬ ਦੇ ਨਾਲ ਸੈਯਦਾਦੀ ਨੇ ਪਿਓ ਦੀ ਗਰਦਨ ਦੋ ਜ਼ਰਬਾ ਮਾਰੀਆਂ ਦੀਨ ਦਾ ਕਾਬਾ ਢਹਿ ਕਤਲ ਦੇ ਬਾਅਦ ਸ਼ਿਮਰ ਸੱਜੇ ਹੱਥ ਦੀਆਂ ਉਂਗਲੀਆਂ ਹੁਸੈਨ ਦੀਆਂ ਜ਼ੁਲਫਾਂ 'ਚ ਪਾਈਆਂ ਮੈਨ ਕੁਰਾਨ ਦੀ ਕਸਮ ਰਸਤੇ ਹੋਰ ਵੀ ਬੜਿਆ
ਹਜ਼ਰਤਜ਼ਾਦਾ ਹੁਸੈਨ ਦਾ ਸਰ ਲੈ ਕੇ ਜਾਣ ਕੇ ਉੱਥੋਂ ਗੁਜ਼ਰਿਆ ਜਿੱਥੇ ਤਰੇਵੇਂ ਭੈਣਾਂ ਕੁਰਾਨ ਲੈ ਕੇ ਚਲੋ ਟੁਰਦਾ ਟੁਰਦਾ ਉੱਥੇ ਗਿਆ ਹੈ ਜਿੱਥੇ ਹਜ਼ਰਤ ਅੱਬਾਸ ਦੀ ਲਾਸ਼ ਪਈ ਆ। ਇਸ ਕੋਈ ਐਸੀ ਹਰਕਤ ਕੀਤੀ ਹੈ ਜਿਹੜੀ ਅੱਬਾਸ ਦੇ ਪੁੱਤਰ ਫਜ਼ਲ ਤੋਂ ਬਰਦਾਸ਼ਤ ਨਹੀਂ। ਫਜ਼ਲ ਮੂੰਹ ਤੇ ਤਮਾਚੇ ਮਾਰਦਾ ਉੱਥੇ ਆਇਆ ਹੈ ਜਿੱਥੇ ਸਕੀਨਾ ਪਈ ਰੋਂਦੀ ਆ। ਸ਼ਾਇਰ ਨੇ ਮੰਦਰ ਲਿਆਂਦਾ ਹੈ ਰਿਆ ਪੁੱਛਦਾ ਫਜ਼ਲ ਸਕੀਨਾ ਤੋਂ ਤੇ ਹੱਥ ਲਾ ਕੇ ਤੇਰੇ ਪਿਓ ਦਾ ਕਰ ਲੈ।